ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਰ ਰਾਤ ਮਲੋਟ ਮੁਕਤਸਰ ਰੋਡ ਤੇ ਵਾਪਰਿਆ ਦਰਦਨਾਕ ਹਾਦਸਾ। ਟਰਾਲੇ ਅਤੇ ਪਿਕਅਪ ਗੱਡੀ ਦੀ ਟੱਕਰ ਵਿੱਚ 6 ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ 1 ਦੀ ਗਈ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬੀਤੀ ਰਾਤ ਮਲੋਟ ਮੁਕਤਸਰ ਰੋਡ ਤੇ ਪਿੰਡ ਔਲਖ ਦੇ ਕੋਲ ਟਰਾਲੇ ਅਤੇ ਇੱਕ ਪਿਕਅਪ ਗੱਡੀ ਦੇ ਵਿੱਚ ਜ਼ੋਰਦਾਰ ਟੱਕਰ ਹੋਈ, ਜਿਸ ਦੇ ਵਿੱਚ 6 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ 1 ਟਰੱਕ ਚਾਲਕ ਦੀ ਮੌਕੇ ਤੇ ਹੀ ਗਈ ਜਾਨ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿੱਚ ਮੌਜੂਦ ਡਾਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਕੋਲ 6 ਲੋਕ ਜ਼ਖਮੀ ਹਾਲਤ ਦੇ ਵਿੱਚ ਆਏ ਸਨ, ਜਿਨ੍ਹਾਂ ਵਿੱਚੋਂ 1 ਦੀ ਬਾਡੀ ਸਵੇਰੇ ਹਸਪਤਾਲ ਵਿੱਚ ਪੁੱਜੀ ਹੈ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜ਼ਖਮੀਆਂ ਵਿੱਚੋਂ 4 ਦੀ ਗੰਭੀਰ ਹਾਲਤ ਦੇਖਦੇ ਹੋਇਆ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ, ਇੱਕ ਟਰੱਕ ਚਾਲਕ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਹ ਟਰੱਕ ਚਲਾ ਕੇ ਆ ਰਹੇ ਸਨ ਤਾਂ ਸੜਕ ਉੱਤੇ ਪਏ ਇੱਕ ਵੱਡੇ ਖੱਡੇ ਦੀ ਵਜ੍ਹਾ ਦੇ ਕਰਕੇ ਅੱਗੇ ਚੱਲ ਰਹੇ ਟਰਾਲੇ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਅਤੇ ਉਹਨਾਂ ਦੇ ਪਿੱਛੇ ਆ ਰਹੀ ਪਿਕਅਪ ਵੈਨ ਵੀ ਉਹਨਾਂ ਦੇ ਵਿੱਚ ਆ ਟਕਰਾਈ। ਉਧਰ ਅਗਰ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ ਉਸਦਾ ਨਾਮ ਜਗਜੀਤ ਸਿੰਘ ਹੈ, ਜੋ ਕਿ ਮਲੋਟ ਦਾ ਹੀ ਰਹਿਣ ਵਾਲਾ ਹੈ। ਉਸਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ, ਉਹ ਮਾਰਦੇ ਹਨ ਨਜ਼ਰ। ਹਾਂਜੀ, ਕੀ ਤੁਹਾਡਾ ਨਾਮ? ਧਨਵੰਤ ਸਿੰਘ। ਧਨਵੰਤ ਸਿੰਘ ਜੀ, ਕਿਸ ਤਰ੍ਹਾਂ ਹਾਦਸਾ ਵਾਪਰਿਆ ਸੀਗਾ ਤੇ ਕਿੰਨੇ ਕਿਸ ਤਰ੍ਹਾਂ ਦੀ ਕਿੰਨਾਂ ਦੀ ਮੌਤ ਹੋ ਚੁੱਕੀ ਹੈ? ਇਹ ਜੀ, ਇੱਧਰੋਂ ਆਪਣੇ ਮੇਰੇ ਮਾਮਾ ਜੀ ਨੇ ਡੈਥ ਹੋਈ ਆ। ਉਹ ਇੱਧਰੋਂ ਗੱਡੀ ਲੈ ਕੇ ਜਾ ਰਹੇ ਸੀ ਪਠਾਨਕੋਟ ਨੂੰ, ਤੇ ਲਗਭਗ ਔਲਖ ਦੇ ਨੇੜੇ ਉੱਧਰੋਂ ਗੱਡੀ ਆ ਰਹੀ ਸੀ ਇੱਕ 12 ਚੱਕੀ, ਜੋ ਕਿ ਉਹਨੂੰ ਪਤਾ ਨਹੀਂ ਨੀਂਦ ਆ ਗਈ ਡਰਾਈਵਰ ਨੂੰ, ਤੇ ਇਹਨਾਂ ਨੇ ਆਪਣੇ ਲਈ ਘੋੜਾ ਥੱਲੇ ਲਾਹ ਵੀ ਤਾਂ ਬਚਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਤੋਂ ਨੀਂਦ ਕਰਕੇ ਸੰਭਲੀ ਨਹੀਂ ਗੱਡੀ ਤੇ ਹਾਦਸਾ ਹੋ ਗਿਆ। ਕੌਣ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ, ਕੀ ਨਾਂ ਕੀ ਹੈਗਾ, ਕਿੰਨੀ ਉਮਰ ਦੇ? ਉਹ ਮੇਰੇ ਮਾਮਾ ਜੀ ਸੀਗੇ ਜੀ, ਉਹਨਾਂ ਦੀ ਲਗਭਗ ਉਮਰ 50 ਸਾਲ ਆ। ਨਾਮ ਜਗਜੀਤ ਸਿੰਘ ਸੀ। 50 ਸਾਲ ਦੇ 40 ਸਾਲ ਆ। ਚਲੋ, 28 ਸਾਲ ਦਾ ਕੁਐਸਚਨ ਹੈ। ਕਰੀਬ 1:30 ਕੁ ਵਜੇ ਆਏ ਸੀ ਰਾਤ ਨੂੰ, ਅਤੇ 6 ਪੇਸ਼ੈਂਟ ਸੀ ਟੋਟਲ, ਅਤੇ ਕਾਫੀ ਸੀਰੀਅਸ ਸੀ। ਇੱਕ ਨੂੰ ਤਾਂ ਅਸੀਂ ਰੈਫਰ ਕਰਤਾ ਫਰੀਦਕੋਟ, ਅਤੇ 3-5 ਸੀ ਰੱਖੇ ਸੀ ਇੱਥੇ, ਜਿਹਨੂੰ 3-2 ਉੱਥੇ ਆਪਣੇ ਕੋਲ ਐਡਮਿਟ ਹੈ, 4 ਉਹ ਚਲੇ ਗਏ ਸਰਸੇ ਦੇ ਸੀਗੇ। ਉਹ ਕਹਿੰਦੇ ਸੀ ਆਪਾਂ ਉੱਥੇ ਕਰਾਵਾਂਗੇ ਇਲਾਜ, ਅਤੇ 1 ਕਹਿੰਦੇ ਸੀ ਉੱਥੇ ਹੀ ਹੈ ਜੋ ਮਤਲਬ ਬਰੋਡ ਡੈਡ ਹੈ। ਆਪਣੇ ਕੋਲ ਮੋਰਨਿੰਗ 'ਚ ਆਇਆ 7 ਵਜੇ, ਪੁਲਿਸ ਵਾਲੇ ਬੋਡੀ ਲੈ ਕੇ ਆਇਆ, ਉਹ ਆਪਣੇ ਕੋਲ ਨਾਈਟ 'ਚ ਨਹੀਂ ਆਇਆ ਸੀ, ਉਹ ਸਵੇਰੇ ਹੀ ਆਇਆ ਸੀ। ਜਿਹੜੇ ਜ਼ਖਮੀ ਹੈਗੇ ਆ, ਜਿਹੜੇ ਇੱਥੇ ਐਡਮਿਟ ਹੈਗੇ, ਕਿਸ ਤਰ੍ਹਾਂ ਦੀ ਸਥਿਤੀ ਹੈ ਉਹਨਾਂ ਦੇ? ਹੈਗੇ ਆ, ਉਹਨੂੰ ਅੰਡਰ ਓਬਜ਼ਰਵੇਸ਼ਨ ਰੱਖਿਆ ਆਪਾਂ, ਟ੍ਰੀਟਮੈਂਟ ਚੱਲ ਰਿਹਾ, ਐਕਸੀਡੈਂਟ ਜਿਹੜਾ ਕਰਾ ਕੇ ਫਿਰ ਪਤਾ ਲੱਗ ਗਿਆ ਵੀ ਉਹਨਾਂ ਦੀ ਇੱਕ ਥੋੜ੍ਹਾ ਸੀਰੀਅਸ ਵਿੱਚ ਲੱਗ ਗਿਆ। ਕਿੰਨੇ ਜ਼ਖਮੀ ਦੇ, ਕਿੰਨੀ ਡੈਥ? ਟੋਟਲ ਆਪਣੇ ਕੋਲ ਤਾਂ 6 ਹੀ ਆਏ ਸੀਗੇ, ਜਿਹੜੇ ਡੈਥ ਵਾਲਾ ਉਹ ਮੋਰਨਿੰਗ 'ਚ ਆਇਆ ਸੀ, ਉਹ ਆਪਣੇ ਕੋਲ ਤਾਂ ਆਇਆ ਨਹੀਂ ਸੀ ਨਾਈਟ 'ਚ। ਜ਼ਖਮੀ ਹਾਲਾਤ ਦੇ ਵਿੱਚ 6 ਆਏ ਸੀ। ਕੀ ਤੁਹਾਡਾ ਨਾਂ ਜੀ? ਕੀ ਤੁਹਾਡਾ ਨਾਂ ਜੀ? ਮੇਰਾ ਨਾਮ ਦਸੂਰਾਮ। ਜਿਹੜਾ ਹਾਦਸਾ ਹੈ, ਇਹ ਕਾਸ ਤੇ ਸੀਗੇ ਤੁਸੀਂ, ਕਿੱਥੇ ਹੋਇਆ ਗਿਆ, ਕਦੋਂ ਹੋਇਆ? ਉਹ ਰਾਤ ਨਾਈਟ ਮੈਂ ਹੋਇਆ ਤਾਂ 12 ਵਜੇ, ਔਰ ਸਾਹਮਣੇ ਸੇ ਟੇਲਰ ਆ ਰਹਾ ਥਾ, ਔਰ ਟੇਲਰ ਕੇ ਸਾਹਮਣੇ ਲੱਗੀ ਮੇਰੀ ਗਾੜੀ, ਮੇਰੇ ਪਿੱਛੇ ਥੀ ਵੋ ਪਿਕਅਪ, ਉਸ ਪਿੱਛੇ ਪਿਕਅਪ ਹੋ ਕੇ ਆ ਤੋਂ ਠੁੱਕ ਗਈ। ਕਿੰਨੇ ਜਣੇ ਸੀਗੇ ਤੁਸੀਂ ਆਪਣੀ ਗੱਡੀ? ਆਪਣੇ ਗੱਡੀ ਮੈਂ ਹਮ ਦੋ ਬੰਦੇ ਠੁੱਕ, ਮੇਰੇ ਕੋਲ ਸਾਹਮਣੇ ਸਾਰਾ ਗੋਲ, ਹਮ ਨਗੌਰ ਕੇ ਰਾਸਤਾਨ, ਨਗੌਰ ਕੇ ਰਾਸਤਾਨ, ਇੱਧਰ ਖਾਲੀ ਕੀਆ ਥਾ ਹਮਨੇ ਵੋ ਬਾਗਾ ਪੁਰਾਣਾ ਖਾਲੀ ਕਰਤਾ ਹੈ, ਕੇਲਾ। ਜਾਨਵਰ ਵਗੈਰਾ ਕੁਛ ਨਹੀਂ ਥਾ, ਥੋੜ੍ਹਾ ਬਹੁਤ ਖੱਡਾ ਥਾ, ਉਹ ਅਚਾਨਕ ਜਗ੍ਹਾ ਗਿਆ ਥਾ, ਉਹਦੇ ਸਾਹਮਣੇ ਜੋ ਡਰਾਈਵਰ ਵਾਲਾ ਸਾਹਮਣੇ ਕਰ ਗਿਆ। ਦੂਸਰੇ ਗਾੜੀ ਵਾਲੇ ਕੀ ਕਿਆ ਸਥਿਤੀ ਨੇ?
दूसरे वाले की एक तो अभी रेपर कर दिया यहाँ से, वो भर्ती है, एक बंदा मर गया। पिकअप गाड़ी में कितने सवार थे, कितने जख्मी हुए? पिकअप में दो थे, दोनों जख्म। रोड पे थोड़ा बहुत खड्डा था और कुछ नहीं। ਗੁਰਪ੍ਰੀਤ, ਅਕਸਰ ਵੇਖਿਆ ਜਾਂਦਾ ਹੈ ਕਿ ਸੜਕ ਹਾਦਸੇ ਕਈ ਵਾਪਰਦੇ ਨੇ, ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਟਾਲ ਸਕਦੇ ਹਾਂ। ਹੁਣ ਇਸ ਹਾਦਸੇ ਦੇ ਵਿੱਚ ਜਿੱਦਾਂ ਦੱਸਿਆ ਜਾ ਰਿਹਾ ਹੈ ਕਿ ਸੜਕ ਉੱਤੇ ਪਏ ਇੱਕ ਟੋਏ ਦੇ ਕਰਕੇ ਇਹ ਸਾਰਾ ਵੱਡਾ ਹਾਦਸਾ ਵਾਪਰਿਆ, ਜਿਸ ਦੇ ਵਿੱਚ 6 ਲੋਕ ਫੱਟੜ ਹੋਏ ਅਤੇ 1 ਦੀ ਜਾਨ ਚਲੀ ਗਈ। ਹੁਣ ਇੱਥੇ ਵੇਖਣਾ ਇਹ ਹੋਵੇਗਾ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਾਰਵਾਈ ਕਰਦਾ ਹੈ ਅਤੇ ਕੀ ਸੜਕਾਂ ਤੇ ਬਣੇ ਹੋਏ ਇਹ ਜਾਨਲੇਵਾ ਖੱਡੇ ਕਦੀ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਭਰੇ ਜਾਣਗੇ ਜਾਂ ਨਹੀਂ। ਤੇ ਇਹ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।